لا الہ الا اللہ پڑو لا الہ الا اللہ ہے محمد سرور صلی اللہ ہے محمد سرور صلی اللہ ਇਸ ਕਲਮ ਦੇ ਰਾਜ਼ ਨਿਆਰੇ ਨੇ ਇਸ ਕਲਮ ਦੇ ਰਾਜ਼ ਨਿਆਰੇ ਨੇ ਇੰਨੇ ਡੁੱਬਦੇ ਬੇੜੇ ਤਾਰੇ ਨੇ ਸਾਨੂੰ ਦੱਸਿਆ ਨਬੀ ਪਿਆਰੇ ਨੇ ਪੜੋ ਲਾ ਇਲਾਹਾ ਇਲਾ ਲਾ ਪੜੋ ਲਾ ਇਲਾਹਾ ਇਲਾ ਲਾ ਕਹੋ ਲਾ ਇਲਾਹਾ इल्लाह है मोहम्मद सरवर सल्ले अल्लाह है मुहम्मद सरवर सल्ले अल्लाह औज बिललाहि मेरे दोस्तों तो मेरे इस्लामी बहन भाइयों अक्सर बच्चे मेनू जड़ा फोन करे कंदे बाबा जी ਸਾਨੂੰ ਕੋਈ ਦਮ ਕਰਦਾ ਸਾਨੂੰ ਜਿਆ ਤਰੀਕਾ ਦੋਸੇ ਸਿਦਮ ਕਰਨਾ ਚਾਹੁੰਦੇ ਆ ਲੋ ਬੱਚਾ ਤੁਹਾਨੂੰ ਦਮ ਕਰਨ ਦਾ ਤਰੀਕਾ ਤੇ ਜਿਹੜਾ ਮੈਂ ਵੀ ਕਰਨਾ ਪਿਆ ਤਾਂ ਤੁਸੀਂ ਵੀ ਕਰਾਂ ਇਹਨੂੰ ਸਿੱਖੋਗੇ ਤੇ ਲੇਕਿਨ ਇਹਦੇ ਲਈ ਜਾਜਤ ਬੱਚੋ ਬੜੀ ਜ਼ਰੂਰੀ ਹੁੰਦੀ ਹੈ ਜਾਜਤ ਨਾਲ ਜਿਹੜਾ ਕੰਮ ਹੁੰਦਾ ਨਾ ਉਹਦੀ ਕਿਆ ਹੀ ਬਾਤ ਜੇ ਜਾਤ ਇਸ ਲਈ ਜ਼ਰੂਰੀ ਹੈ ਆਮ ਅਸੀਂ ਪੜਨੇ ਆ ਸਾਨੂੰ ਕਰਦਾ ਕਰਨੇ ਪੈਂਦੀਆਂ ਹੁਣ 4 ਲੱਖ ਬੰਦਾ ਜਦੋਂ ਇਸਮ ਪੜਦਾ 3 ਲੱਖ ਤੇ 75 ਹਜ਼ਾਰ ਦਾ ਫੇਰ ਉਹਦੀ ਸਰਕਾਰ ਦੇ ਹਸਮ ਦੇ ਨਿਕਲਦੀ ਤਾਂ ਅੰਦਾਜ਼ਾ ਹੈ ਠੀਕ ਹੈ ਤੇ ਇਸ ਲਈ ਦੋਸਤੋ ਜਦੋਂ ਬੰਦਾ ਕੋ ਆਪਣੇ ਪੀਰ ਉਸਤਾਦ ਕੋਲੋਂ ਕੋਈ ਅਮਲ ਲਾਂਦਾ ਹੈ ਫਿਰ ਉਹਨੂੰ ਐਡੇ-ਐਡੇ ਲੰਮੇ ਚਿਲੇ ਨਹੀਂ ਲਾਣੇ ਪੈਂਦੇ ਕੋ ਉਹ ਦੇਖੋ ਮੇਰੇ ਬਾਬਾ ਪੜਦਾ ਸੂਰਨ ਅਮਲ ਇਸਮ ਪੜਦਾ ਸੀ ਉਹਨੇ ਮੈਨੂੰ ਜਾਦ ਦਿੱਤੀ ਉਹਨਾਂ ਨੇ ਉਹਨਾਂ ਨੇ ਪੀਰ ਨੂੰ ਦਿੱਤੀ ਉਹਨਾਂ ਨੇ ਉਹਨਾਂ ਨੂੰ ਪੀਰ ਦੇ ਤੀਸਰੀ ਕਰਦਾ ਕਰਦਾ ਨਬੀ ਪਾਕ ਦੀ ਗੱਲ ਚੱਲ ਜਾਂਦੀ ਠੀਕ ਹੈ ਉੱਥੋਂ ਜਾ ਕੇ ਸਾਨੂੰ ਆਈ ਸਾਰੇਆਂ ਨੂੰ ਇਸ ਲਈ ਜਦੋਂ ਬੰਦਾ ਪੀਰ ਕੋਲ ਜਾ ਕੇ ਪੜੋਗੇ ਫਿਰ ਤੁਹਾਨੂੰ ਜਿੰਨੀ ਵੀ ਤੁਹਾਨੂੰ ਬਾਬਾ ਜੀ ਪੀਰ ਸਾਹਿਬ ਇਜਾਜ਼ਤ ਦੇਣ ਸਮਝੋ ਤੁਹਾਡਾ ਉਹਦੇ ਕੰਮ ਹੋ ਗਿਆ ਕੋਈ ਉਹ ਡਰ ਨਹੀਂ ਰਹਿ ਜਾਂਦਾ ਲੇਕਿਨ ਇਜਾਜ਼ਤ ਜ਼ਰੂਰੀ ਹੈਗੀ ਜੀ ਇਸ ਲਈ ਤੁਹਾਨੂੰ ਮੈਂ ਦਮ ਕਰਨਾ ਬੱਚੋ ਮੈਂ ਦੱਸ ਦਿਨਾ ਕੋ ਤੁਹਾਡਾ ਵੀ ਸ਼ੌਕ ਤੇ ਪੂਰਾ ਹੋਣਾ ਚਾਹੀਦਾ ਠੀਕ ਹੈ ਲੋ ਬੱਚੋ ਦੋ ਤਮ ਦੋ ਤੁਹਾਨੂੰ ਦਮ ਦੱਸ ਲਗਾ ਠੀਕ ਹੈ ਸਭ ਤੋਂ ਪਹਿਲੇ ਤੁਸੀਂ ਸੂਰਤ فاتحہ سورۃ شفاج ਨੂੰ ਕਹਿੰਦੇ ਨੇ ਇਹਨੂੰ سورۃ شفاء ਵੀ ਨਹੀਂ ਕਹਿੰਦੇ شفاء ਹੈਗੀ ਜੇ ਬੱਚਿਓ ਇਹਨੂੰ ਤੁਸੀਂ 7 ਦਿਨ ਪਹਿਲੇ ਤੁਸੀਂ ਇਹ ਆਮਲ ਕਿਸ ਤਰ੍ਹਾਂ ਬੰਨਣਾ ਜਾਂ ਜਾਦ ਲੈ ਕੇ ਫਿਰ ਮੈਂ ਤੁਹਾਨੂੰ ਦੱਸਣ ਯਾਨੀ ਕਿ ਪੁੱਛ ਕੇ ਫੇਰੀ ਤੁਹਾਨੂੰ ਮੈਂ ਦੱਸਾਂਗਾ ਲੇਕਿਨ ਮੈਂ ਪਹਿਲੇ ਦੱਸ ਦਵਾਂ 7 ਦਿਨ ਤੁਸੀਂ ਲਗਾਤਾਰ ਇਹਨੂੰ 313 ਵਾਰ ਪੜ੍ਹਨਾ ਜੀ ਪੂਰੀ ਅਲਮ ਸਰੀ ਬismillahिल्लाਹਿ ਨਿਸ਼ਤੁਨ ਰਾਜੀਮ ਬਿਸਮਿਲਹਿ ਰਹਿਮਨ ਰਹੀਮ ਪੂਰੀ ਆਮਨ ਦੀ ਕਰਪਣੀ الحمدللہ ਠੀਕ ਹੈ ਜੀ ਇਹਨੂੰ 313 ਦਫਾ ਪੜੋਗੇ 7 ਦਿਨ ਤੱਕ ਲਗਾਤਾਰ ਤੁਸੀਂ ਇਹਦੇ ਆਮਲ ਬਣ ਜਾਓਗੇ ਉਸ ਤੋਂ ਬਾਅਦ ਜਦੋਂ ਤੁਸੀਂ 7 ਦਿਨ ਪੂਰੇ ਕਰ ਲਏ ਬੱਚਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਸਿਰਫ 41 ਦਫਾ ਕਿੰਨੇ 4 ਤੇ 1 41 ਇਹਨੂੰ 41 ਦਫਾ ਤੁਸੀਂ ਪੜਦੇ ਰਹਿਣਾ ਜਿਸ ਕੋਈ ਮਰੀਦ ਤੁਹਾਡੇ ਕੋਲ ਆ ਜਾਂਦਾ ਬੱਚਿਓ ਇਹ ਮੇਰੇ ਤਾਂ ਆਪਣੇ ਮਰੀਜ਼ਾਂ ਨੂੰ ਆਪਣੇ ਸ਼ਗਿਰਦਾਂ ਕਹਿ ਰਿਹਾ ਤੁਹਾਡੇ ਕੋਲ ਮੇਰੀ ਕੋਈ ਆ ਜਾਂਦਾ ਹੈ ਜੇ ਤੇ ਕੋਈ ਆਂਦਾ ਮਰਦ ਉਹਨੂੰ ਤੁਸੀਂ ਉਹ ਜਿੱਥੇ ਉਹਦੇ ਦਰਦ ਹੋਣ ਦੀ ਤਕਲੀਫ ਹੋਣ ਦੀ ਉਹਦੇ ਤੁਸੀਂ ਆਪਣਾ ਆਪਣਾ ਹੱਥ ਰੱਖ ਕੇ ਉਹਦੇ ਤੇ ਜਿਸੇ ਦਰਦ ਹੋ ਰਹੀਏ ਤੇ ਇਹਨੂੰ 40 ਦਫਾ ਪਾੜ ਗਏ ਉਹਦੇ ਫੂਕ ਮਾਰਨੀ ਹੈ ਤੇ ਉਹਨੂੰ ਪਾਣੀ ਦਮ ਨਾਲ ਪਾਣੀ ਰੱਖ ਲੈਣਾ ਉਹਦੇ ਫੂਕ ਮਾਰ ਕੋਲੋਂ ਪੀ ਲੋ ਪਾਣੀ ਅਗਰ ਤੁਹਾਡੇ ਕੋਲ ਬੱਚੀ ਕੋਈ ਆ ਜਾਂਦੀ ਔਰ ਜ਼ਾਤ ਆਈ ਨਹੀਂ ਦਮ ਕਰਾਣ ਲਈ ਬੱਚੋ ਫਿਰ ਤੁਸੀਂ ਆਪ ਨਹੀਂ ਉਹਦੇ ਤੇ ਹੱਥ ਰੱਖਣਾ ਤੁਸੀਂ ਉਹਨੂੰ ਕਹਿਣਾ ਮੇਰੀ ਇਹ ਧੀ ਹੈ ਮੇਰੀ ਇਹ ਭੈਣ ਹੈ ਉਹਦੇ ਆਪਣੇ ਵਜ਼ੂ ਕਰਾ ਕੇ ਸਾਫ਼ ਕਰਾ ਕੇ ਉਹਦਾ ਅਤਰਖਾਨਾ ਜਿੱਥੇ ਉਹਨੂੰ ਦਰਦ ਹੁੰਦੇ ਉਹਨਾਂ ਕੋਲੇ ਬੱਚਾ ਤੂੰ ਉੱਥੇ ਹੱਥ ਰੱਖੋ ਜਗਾ ਤੇ ਤੇ ਤੁਸੀਂ ਉਹ ਤਵਜੋ ਨਾਲ ਬਿਲਕੁਲ ਉਸ ਜਗ੍ਹਾ ਤਵਜੋ ਕਰਕੇ ਤੁਸੀਂ ਪੜਾਈ ਕਰ ਦੇਣੀ ਸ਼ੁਰੂ ਕਰ ਦੇਣੀ ਹੈ 41 ਦਫਾ ਤੁਸੀਂ ਇਹਨੂੰ ਸੂਰਤ ਫਾਤੀਹਾ شریف ਨੂੰ ਪੜ੍ਹਨਾ ਹੈ ਸੂਰਤ ਆਲਮ شریف ਜਿਹਨੂੰ ਕਹਿੰਦੇ ਆ ਠੀਕ ਹੈ ਸੂਰਤ ਸ਼ਫਾਵੀ ਇਹਨੂੰ ਕਹਿੰਦੇ ਆ ਠੀਕ ਹੈ ਹੱਥ ਰੱਖ ਤੁਸੀਂ ਤਵਜੋ ਉਹਦੇ ਹੱਥ ਤੇ ਫੂਕ ਮਾਰਨੀ ਹੈ ਬੱਚੀ ਦੇ ਬੱਚੀ ਨੂੰ ਫੂਕ ਮਾਰਨੀ ਉਸ ਤੋਂ ਬਾਅਦ ਤੁਸੀਂ ਪੂਰੇ ਜਿਸਮ 'ਤੇ ਫੂਕ ਮਾਰ ਦੇਣੀ ਉਹ ਆਪਣੇ ਆਪ ਜਿਸਮ ਜਿੱਥੇ ਉਹਨੂੰ ਦਰਦ ਆਉਂਦੀ ਹੈ ਉਸ ਜਗ੍ਹਾ ਤੇ ਉਹਨੂੰ ਮਲੇ ਗਿਆ ਇਸ ਤਰ੍ਹਾਂ ਕਰਕੇ ਜਿੱਥੇ ਸੀਨੇ ਦਰ انشاءاللہ تعالی 41 دفعہ پڑھن ਨਾਲ دو ਤੋਂ ਤਿੰਨ ਦਿਨ ਤੁਸੀਂ ਦਮ ਕਰਨਾ ਹੈ انشاءاللہ ਬਿਲਕੁਲ ਸ਼ਫਾ ਹੋ ਜਾਏਗੀ ਦਰਦ ਵੀ ਦੂਰ ਹਰ ਚੀਜ਼ ਖਤਮ ਹੋ ਜਾਏਗੀ ਜੈਸੀ ਵੀ ਦੁਨੀਆ ਦਰਦ ਹੁੰਦੀ ਹੋਵੇ ਦਾੜ ਦਰਦ ਕਰਦੀ ਹੋਵੇ ਕੋਈ ਲੱਕ ਦਰਦ ਕਰਦਾ ਹੋਵੇ ਲੱਤ ਦਰਦ ਜਿੱਥੇ ਵੀ ਦਰਦ ਹੋਵੇ ਤੁਸੀਂ ਉਹ ਇਸ ਤਰ੍ਹਾਂ ਕਰਨਾ ਹੈ ਔਰ ਜਦ ਆਵੇ ਤੇ ਤੁਸੀਂ ਆਪ ਨਹੀਂ ਹੱਥ ਰੱਖ ਕੇ ਦਮ ਕਰਨਾ ਉਹਨੂੰ ਕਹਿੰਦਾ ਤੁਸੀਂ ਆਪ ਮੇਰੀ ਪੈਣੇ ਹੱਥ ਰੱਖੋ ਜਗ੍ਹਾ ਤੇ ਫਿਰ ਫੂਕ ਮਾਰ ਨਹੀਂ ਕਰਨੀ ਇਹ ਮੇਰੀ ਨਸੀਹਤ ਯਾਦ ਰੱਖਣੀ ਬੱਚੋ ਫੋਨ ਕਰ ਤੁਸੀਂ ਕਹਿੰਦੇ ਜੇ ਬਾਬਾ ਸਾਹਿਬ ਤੋਂ ਦਮ ਕਰਨਾ ਦਾਸਤਾਨ ਮੈਂ ਦੱਤਾ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਮੈਂ ਅਕਸਰ ਹੁੰਦਾ ਮੈਂ ਤੁਹਾਨੂੰ ਅੱਜ ਕੱਲ ਕਰੋਨਾ ਵਾਇਰਸ ਦੀ وجہ ਉਹ ਦਮਸ਼ਾ ਬੰਦ ਕੀਤੇ ਮੈਂ ਤੇ ਤੁਹਾਨੂੰ ਦੱਸਦਾ ਠੀਕ ਹੈ ਲੇਕਿਨ ਜੇੜਾ ਮੇਰਾ ਭੈਣ ਭਰਾ ਕੋਈ ਬੜਾ ਮੁਸੀਬਤ ਹੈਗਾ ਕੋਈ ਬੜਾ ਹੀ ਦਰਦ ਹੋ ਰਹੀ ਹੈ ਕੋਈ ਚੀਜ਼ ਹੈ ਵਗੈਰਾ ਤੰਗ ਕਰ ਰਹੀ ਹੈ ਕੋਈ ਦਰਦ ਕਾਬੂ ਨਹੀਂ ਆਂਦਾ ਫਿਰ ਬੱਚੋ ਤੁਸੀਂ ਮੈਨੂੰ ਵਟਸਐਪ ਤੇ ਆਪਣਾ ਕਾਲ ਕਰ ਸਕਦੇ ਜੇ ਮੈਂ ਇਨਸ਼ਾਅੱਲਾ ਉਹਦਾ ਕੋਈ ਨਾ ਕੋਈ ਹੱਲ ਕਰਾਂਗਾ ਦਮ ਕਰਾਂਗਾ ਤੇ ਮੇਰੇ ਮੋਲਾਂ ਚਾਹਤ ਹੋ ਲਾਤਨ ਚ ਆਏ ਸ਼ਫਾ ਹੋਏਗੀ ਠੀਕ ਹੈ ਹੋਰ ਜਿਹੜੇ ਵੀ ਬੱਚੇ ਮੇਰੀ ਖਿਦਮਤ ਵਗੈਰਾ ਜਿਹੜੇ ਕਰਨਾ ਚਾਹੁੰਦੇ ਨੇ ਮੈਂ ਆਪਣਾ ਜਾਇਦ ਕੌਂਡ ਬਣਾ ਦਿੱਤਾ ਜੇ ਤੁਹਾਨੂੰ ਬਾਰ ਬਾਰ ਕਹਿ ਰਹੇ ਆ ਤੁਸੀਂ ਆਪਣਾ ਖਿਦਮਤ ਕਰ ਸਕਦੇ ਜੀ ਔਰ ਯਾਰਮੀ ਸ਼ਰੀਫ ਵਿੱਚ ਹਿੱਸਾ ਜ਼ਰੂਰ ਪਾਣਾ ਕਰਨਾ ਜਾਂ ਤਾਂ ਮੈਂ ਚੰਨ ਦੀ 10 ਤਰੀਕ ਨੂੰ ਹੁੰਦੀ ਯਾਰਮੀ 9 10 9 ਨੂੰ ਜਾਂ 8 ਨੂੰ ਜ਼ਰੂਰ ਪਹਚਾਣੇ ਕਰਨੇ ਪੈਸਾ ਜਿਹੜੇ ਵੀ ਤੁਸੀਂ ਹਸਬਤ ਤਵੇ ਜਿੰਨੇ ਵੀ ਤੁਹਾਡੇ ਕੋਲ ਤਸੀਹ ਹੈਗੀ ਠੀਕ ਹੈ ਲੋ ਫਿਰ ਬੱਚੋ ਹਾਂ ਅਸਲਾਮੁਅਲੈਕਮ ਜੀ ਯਾਦ ਰੱਖਿਆ ਕਰੋ ਬਸ